ਸਰ ਇਹ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਵੱਲੋਂ ਉਹਨੂੰ ਲੈ ਕੇ ਅੱਜ ਸਾਰੇ ਅਮਰਸਰ ਦੇ ਵਿਦਿਆਰਥੀਆਂ ਦੇ ਵੱਲੋਂ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਵਾਇਲੇਸ਼ਨ ਨੂੰ ਬਹੁਤ ਤਰੀਕੇ ਦੇ ਨਾਲ ਬढ़ावा ਦਿੱਤਾ ਜਾ ਰਿਹਾ ਹੈ ਇੱਕ ਡੈਮੋਕ੍ਰੇਸੀ ਨੂੰ ਖਤਮ ਕਰਕੇ ਕਿਸਾਨ ਆਪਣੇ ਸ਼ਾਂਤੀਮਈ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਸੀਗੇ ਕਿਸਾਨਾਂ ਨੂੰ ਇੱਕ ਆਪਣੀ ਗੱਡੀਆਂ ਥੱਲੇ ਮੋਦੀ ਸਰਕਾਰ ਦੇ ਇਹਨਾਂ ਗੌਰ ਸੇ ਦੇ ਵੰਚਜਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਗੱਡੀਆਂ ਥੱਲੇ ਦੇ ਕੇ ਉਹਨਾਂ ਦੇ ਉੱਤੇ ਗੱਡੀਆਂ ਚੜਾਈਆਂ ਤੇ ਉਹਨੂੰ ਮੌਤ ਦੇ ਘਾਟ ਉਤਾਰਤਾ ਤੇ ਹੁਣ ਤੱਕ ਟਿਲ ਦਾ ਟਾਈਮ ਤੱਕ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਅੱਜ ਤੁਸੀਂ ਮੀਡੀਆ ਦੇ ਪੱਤਰਕਾਰ ਮੇਰੇ ਸਾਥੀਓ ਕਿਸੇ ਵੀ ਮੀਡੀਆ ਵੱਲੋਂ ਭਾਵੇਂ ਤੁਸੀਂ ਉਹ ਹੱਥ ਰਸ ਦੇ ਵਿੱਚ ਕਿਸੇ ਪੱਤਰਕਾਰ ਨੇ ਟਵੀਟ ਭਾਵੇਂ ਕੀਤਾ ਹੋਵੇ ਉਸ ਤਰੀਕੇ ਦੇ ਉੱਤੇ ਕਿਵੇਂ ਉਹਨਾਂ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਸਡਿਸ਼ਨ ਦੇ ਕੇਸ ਲਗਾ ਕੇ ਕਿਵੇਂ ਉਹਨਾਂ ਨੂੰ ਫੜ ਲਿੱਤਾ ਜਾਂਦਾ ਹੈ ਉਹਨਾਂ ਨੂੰ ਕਿਵੇਂ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉਸ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਇੱਥੇ ਕਤਲ ਆਮ ਹੋ ਗਿਆ ਜੱਲਿਆਂ ਵਾਲੇ ਆਗ ਵਾਲਾ ਕਾਂਡ ਅੱਜ ਉੱਥੇ ਮੋਦੀ ਸਰਕਾਰ ਵੱਲੋਂ ਬਣਾਇਆ ਗਿਆ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੇ ਅੱਜ ਕੈਂਡਲ ਮਾਰਚ ਕੀਤਾ ਤੇ ਮੰਗ ਕੀਤੀ ਹੈ ਕਿ ਛੇਤੀ ਛੇਤੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲ ਹੀ ਜਿਹੜੇ ਸਾਡੇ ਲੀਡਰ ਪ੍ਰਿੰਕਾ ਗਾਂਧੀ ਨੂੰ ਫੜ ਕੇ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੇ ਆਪਣੀ ਕਸਟਡੀ 'ਚ ਰੱਖਿਆ ਹੋਇਆ ਉਹਨਾਂ ਨੂੰ ਛੱਡਿਆ ਜਾਵੇ ਤੇ ਜਲਦ ਤੋਂ ਜਲਦ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕੱਲ੍ਹ ਕਿਹਦੇ ਜੀ ਉੱਥੇ ਕਿਸੇ ਇਹ ਸਿਰਫ ਤੇ ਸਿਰਫ ਉਹਨਾਂ ਦੇ ਦਿਲ ਦਾ ਤੇ ਡਰ ਦਾ ਡਰ ਹੈ ਮਨ ਦੇ ਵਿੱਚ ਕਿ ਜੇ ਉੱਥੇ ਕੋਈ ਦੂਜੀ ਪਾਰਟੀਆਂ ਦੇ ਲੀਡਰ ਪਹੁੰਚ ਕੇ ਜਿਹੜੇ ਕਿ ਅਸਲ ਦੇ ਵਿੱਚ ਕਿਸਾਨਾਂ ਦੇ ਰਖਵਾਲੇ ਨੇ ਉਹਨਾਂ ਨੂੰ ਜੇ ਉੱਥੇ ਪਹੁੰਚ ਗਏ ਤੇ ਇਸ ਯੋਗੀ ਸਰਕਾਰ ਦਾ ਇੱਕ ਵਾਰੀ ਜ਼ਰੂਰ ਤੇ ਜ਼ਰੂਰ ਪਿੱਲਰਸ ਨੂੰ ਖਤਮ ਕਰਕੇ ਮੋਦੀ ਸਰਕਾਰ ਨੂੰ ਜੜ੍ਹਾਂ ਤੋਂ ਖਤਮ ਕਰਕੇ ਇਹ ਲੋਕਾਂ ਨੇ ਇੱਕ ਐਸੀ ਮੂਮੈਂਟ ਤਿਆਰ ਹੋਏਗੀ ਕਿ ਜਿਸ ਤਰੀਕੇ ਦੇ ਨਾਲ ਇਹ ਕਾਬਜ਼ ਹੋਏ ਬੈਠੇ ਨੇ ਯੂਪੀ ਦੇ ਉੱਤੇ ਤੇ ਇਹਨਾਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਲੀਡਰਸ ਉੱਥੇ ਮਾਨ ਕੇ ਐਸਾ ਮੂਮੈਂਟ ਖੜਾ ਕਰ ਦੇਣਗੇ ਜੋ ਇਹਨਾਂ ਨੂੰ ਡਰ ਪੈਦਾ ਹੁੰਦਾ ਜਿਸ ਕਰਕੇ ਕਿਸੇ ਵੀ ਲੀਡਰ ਨੂੰ ਉੱਥੇ ਪਹੁੰ ਯਾਰ ਗੱਲ ਕਿ ਬੀਜੇਪੀ ਦਾ ਯੂਪੀ ਯੂਪੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਮਹਿਲਾਵਾਂ ਸੜਕਾਂ ਤੇ ਰਹੀਆਂ ਨੇ ਕਿਸਾਨ ਸੜਕਾਂ ਤੇ ਰਹੀ ਨੇ ਵਿਦਿਆਰਥੀ ਸੜਕਾਂ ਤੇ ਰਹੀ ਨੇ ਹਰ ਵਰਗ ਸੜਕਾਂ ਤੇ ਆ ਕੇ ਤਰਨਾ ਪ੍ਰਦਰਸ਼ਨ ਕਰ ਕਰਕੇ ਕਿਵੇਂ ਇਹਨਾਂ ਦੇ ਅਤਿਆਚਾਰ ਸਹਿ ਰਿਹਾ ਤੁਸੀਂ ਆਪ ਲੋਗ ਇਸ ਚੀਜ਼ ਤੋਂ ਚੰਗੀ ਤਰ੍ਹਾਂ ਵਾਕਫ ਹੋ ਯੋਗੀ ਜੀ ਇੱਕ ਕੋਈ ਸਰਕਾਰ ਨਹੀਂ ਚਲਾ ਰਹੇ ਉਹ ਇੱਕ ਹਿਟਲਰ ਗਰੀ ਦਾ ਰਾਜ ਸ਼ਾਸਨ ਪੈਦਾ ਕਰ ਰਹੇ ਨੇ ਜੋ ਹੁਕਮਰਾਨ ਐਸਾ ਹੁਕਮਰਾਨ ਹੋਵੇ ਜਿਸ ਹੁਕਮਰਾਨ ਨੇ ਹੁਣ ਤੱਕ ਕੋਈ ਵੀ ਐਸਾ ਦੋਸ਼ੀ ਨੂੰ ਫੜਨ ਦੇ ਲਈ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜੋ ਹੋਣੀ ਚਾਹੀਦੀ ਸੀ ਅੱਜ ਕੋਈ ਵੀ ਕਾਂਡ ਹੋ ਜਾਂਦਾ ਕੋਈ ਵੀ ਗਲਬਾਤ ਹੋ ਜਾਂਦੀ ਹੈ ਉਸੇ ਟਾਈਮ ਫੜਿਆ ਜਾਂਦਾ ਪਰ ਇਹ ਮੋਦੀ ਜੀ ਦੇ ਤੇ ਯੋਗੀ ਜੀ ਦੇ ਬਣਾਏ ਹੋ ਚਮਚਿਆਂ ਦੇ ਲੀਡਰਾਂ ਦੇ ਬੱਚੇ ਸੀਗੇ ਤਾਂ ਕਰਕੇ ਛਰੇਆਮ ਬਾਹਰਲੇ ਘੁਮਰੇ ਨੇ ਅੱਜ ਛਰੇਆਮ ਘੁਮਰੇ ਨੇ ਤੁਰ ਰਹੇ ਨੇ ਫਿਰ ਰਹੇ ਨੇ ਇਹਨਾਂ ਨੂੰ ਕਿਸੇ ਵੀ ਸਰਕਾਰ ਦਾ ਕਿਸੇ ਵੀ ਲੀਡਰ ਦਾ ਕੋਈ ਡਰ ਨਹੀਂ ਲੋਕਾਂ ਦਾ ਡਰ ਨਹੀਂ ਕਿਉਂਕਿ ਇਹਨਾਂ ਲੋਕਾਂ ਨੇ ਅੱਜ ਮਹਾਤਮਾ ਗਾਂਧੀ ਦੀ ਸੋਚ ਨੂੰ ਖਤਮ ਕਰਨ ਦਾ ਇੱਕ ਦਾਵਾ ਪੈਦਾ ਕਰ ਦਿੱਤਾ ਹੋਇਆ ਹੈ ਕਿ ਅਸੀਂ ਮਹਾਤਮਾ ਗਾਂਧੀ ਦੀ ਸੋਚ ਖਤਮ ਕਰਾਂਗੇ 2 ਅਕਤੂਬਰ ਨੂੰ ਜਾ ਕੇ ਮੋਦੀ ਜਿਹੜੇ ਡਰਾਮੇ ਜਰੂਰ ਕਰ ਸਕਦੇ ਨੇ ਪਰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਸੋਚ ਤੇ ਕਦੀ ਵੀ ਨਹੀਂ ਚੱਲ ਸਕਦਾ